जय भीम जय भारत नमो बुद्धाय मैं चंचल माल आज बाबा साहब जी का 130वें जन्म दिवस ते सारी ही लोकाई नु सारे सारे ਭਾਰਤ ਨੂੰ ਸਾਰੇ ਦੇਸ਼ਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਮੇਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਹੀ ਬੋਧੀ ਸੱਤਾ ਬਾਬਾ ਸਾਹਿਬ ਪੀਮਰਾਉ ਅੰਬੇਦਕਰ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕ ਔਰ ਕੋਟੀ ਕੋਟੀ ਨਮਨ ਕਰਦੀ ਹਾਂ ਮੈਂ ਬਾਬਾ ਸਾਹਿਬ ਜੀ ਨੂੰ ਕਿ ਅੱਜ ਜਿਨ੍ਹਾਂ ਦੇ ਕਰਕੇ ਅਸੀਂ ਬਹੁਤ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਆ ਮੈਂ ਇੰਡੀਆ ਆਈ ਹੋਈ ਸੀ ਮੈਨੂੰ ਬਹੁਤ ਵਧੀਆ ਲੱਗਾ ਪਰ ਦੁੱਖ ਵੀ ਲੱਗਾ ਕਿ ਅਸੀਂ ਦੇਖੋ ਸਾਰੇ ਤਿਹਾਰ ਇੰਨੇ ਵਧੀਆ-ਵਧੀਆ ਮਨਾਉਂਦੇ ਆ ਅੱਜ ਬਾਬਾ ਸਾਹਿਬ ਜੀ ਦਾ ਜਨਮ ਦਿਨ ਆਇਆ ਤੇ ਸਰਕਾਰਾਂ ਨੇ ਸਾਨੂੰ ਅੰਦਰ ਬਿਠਾ ਦਿੱਤਾ ਕਿ 20 ਬੰਦੇ ਜਾ ਸਕਦੇ 50 ਬੰਦੇ ਜਾ ਸਕਦੇ ਆ ਕੀ ਅੱਜ ਵਿਸਾਖੀ ਦੇ ਉੱਤੇ ਇੰਨੇ ਲੋਕ ਇਕੱਠੇ ਹੋਏ ਸੀ ਉਹਨਾਂ ਨੂੰ ਕਿਉਂ ਨਹੀਂ ਮਨਾ ਕੀਤਾ ਗਿਆ ਕੀ ਸਾਡੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਹੀ ਪਿਛਲੇ ਸਾਲ ਵੀ ਇਦਾਂ ਹੋਈ ਸੀ ਚਲੋ ਉਦੋਂ ਲੋਕਡਾਊਨ ਚੱਲ ਰਿਹਾ ਸੀ ਅਸੀਂ ਵੀ ਡਰਦੇ ਆਂ ਕਰੋਨਾ ਦਾ ਟਾਈਮ ਆ ਪਰ ਅੱਜ ਦਾ ਦਿਨ ਹੀ ਕਿਉਂ ਇਹ ਸਾਨੂੰ ਬੰਦ ਕਰ ਰਿਆ ਅਸੀਂ ਵੀ ਚਾਹਨੇ ਆਂ ਕਿ ਅਸੀਂ ਆਪਣੇ ਰੈਬਰਾਂ ਦੇ ਦਿਨ ਸੈਲੀਬ੍ਰੇਟ ਕਰੀਏ ਐਂਡ ਸਾਡੇ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਇਹ ਕੀ ਕਾਰਨ ਹੈਗਾ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਆਂ ਕਿਉਂਕਿ ਜਦੋਂ ਤੁਸੀਂ ਦੇਖੋ ਅੱਜ ਕਿਸੇ ਵੀ ਪਹਾੜਾਂ ਦੇ ਵਿੱਚ ਜਾ ਕੇ ਦੇਖੋ ਹਾਲਾਂਕਿ ਉੱਥੇ ਕਰੋਨਾ ਚੈੱਕ ਕਰਕੇ 네ਗੇਟਿਵ ਪੋਜ਼ਿਟਿਵ ਚੈੱਕ ਕਰਕੇ ਫਿਰ ਜਾਣ ਦਿੱਤਾ ਜਾਂਦਾ ਪਰ ਉਹਨਾਂ ਦੇ ਮੰਦਰ ਖੁੱਲੇ ਆ ਉੱਥੇ ਰਸ ਦੇਖੋ ਔਰ ਸਾਡੇ ਪੰਜਾਬ ਤੋਂ ਗੱਡੀਆਂ ਪਰ ਪਰ ਕੇ ਜਾ ਰਹੀਆਂ ਐ ਐਂਡ ਕਿਉਂ ਬਾਬਾ ਸਾਹਿਬ ਦੇ ਜਹੀ ਜਨਮ ਦਿਨ ਤੇ ਕਿਉਂ ਨਹੀਂ ਅਸੀਂ ਇਹਨਾਂ ਦੇ ਵਿਰੋਧ ਦੇ ਵਿੱਚ ਖੜੇ ਆ ਐਂਡ ਖੜੇ ਹੋਵਾਂਗੇ ਕਿਉਂਕਿ ਅਸੀਂ ਸਾਡੇ ਰੈਬਰਾਂ ਦੇ ਜਨਮ ਦਿਨ ਤੇ ਹੀ ਇਦਾਂ ਕਿਉਂ ਕਰਦੇ ਆ ਹਰ ਇੱਕ ਮੇਲਾ ਲੱਗ ਰਿਹਾ ਮੈਂ ਇੰਨੇ ਦਿਨ ਹੋਏ ਆਇਆ ਨੂੰ ਦੇਖਦੀ ਆ ਕਿ ਹਰ ਥਾਂ ਲੰਗਰ ਲੱਗੇ ਹੋਏ ਆ ਰਸ ਪਿਆ ਆ ਐਂਡ ਹੋਣੇ ਕਿਉਂ ਇਦਾਂ ਹੋਇਆ ਹੈਗਾ ਸੋ ਇਸ ਕਰਕੇ ਬੜੇ ਡਿਸਪਾਇੰਟਡ ਆ ਸੀ ਤਾਂ ਸਾਨੂੰ ਡਟ ਕੇ ਸਾਰਿਆਂ ਨੂੰ ਇੱਕ ਆ ਕਰਕੇ ਸਾਨੂੰ ਇੱਕਾ ਅੱਜ ਇੱਕ ਹੋ ਕੇ ਸਾਨੂੰ ਬਾਬਾ ਸਾਹਿਬ ਦਾ ਜਿਹੜਾ ਸੁਪਨਾ ਆ ਉਹਨੂੰ ਸਹਕਾਰ ਕਰਨਾ ਚਾਹੀਦਾ ਆ ਔਰ ਜੇ ਅਸੀਂ ਇੱਕ ਨਹੀਂ ਹੋਵਾਂਗੇ ਤਾਂ ਸਾਡੇ ਦਿਨਪੁਰ ਦਿਨ ਸਾਡੇ ਇਦਾਂ ਹੀ ਪ੍ਰੋਗਰਾਮ ਬੰਦ ਕੀਤੇ ਜਾਣਗੇ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਜੇ ਕਿਤੇ ਕੋਈ ਡਰਦਾ ਹੈਗਾ ਤਾਂ ਅੰਬੇਦਕਰਵਾਦ ਤੋਂ ਹੀ ਡਰਦੇ ਹੈਗੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਕਰ ਅੰਬੇਦਕਰਵਾਦ ਆ ਗਿਆ ਤੇ ਇਹਨਾਂ ਦੀਆਂ ਜਿਹੜੀਆਂ ਸਰਕਾਰਾਂ ਆ ਜਾਂ ਇਹਨਾਂ ਦੇ ਜੋ ਵੀ ਇਹਨਾਂ ਦੀਆਂ ਨੀਤੀਆਂ ਉਹਨਾਂ ਦੀਆਂ ੱਟੀਆਂ ਉੱਡ ਜਾਣੀਆਂ ਜਿੱਦਣ ਬਾਬਾ ਸਾਹਿਬ ਸਭ ਨੇ ਪੜ ਲਿਆ ਜਿੰਨੇ ਅਸੀਂ ਪ੍ਰੋਗਰਾਮ ਆ ਜ਼ਿਆਦਾ ਕਰਾਂਗੇ ਔਰ ਸਾਡੇ ਲੋਕਾਂ ਨੂੰ ਜ਼ਿਆਦਾ ਨੌਲੇਜ ਮਿਲੇਗੀ ਇਸੇ ਕਰਕੇ ਸਾਨੂੰ ਨੌਲੇਜ ਤੋਂ ਪਿੱਛੇ ਰੱਖਣਾ ਚਾਹੁੰਦੇ ਆ ਸਾਡਾ ਪ੍ਰੋਗਰਾਮ ਨਹੀਂ ਹੋਣ ਦਿੱਤਾ ਗਿਆ ਚਲੋ ਫਿਰ ਵੀ ਅਸੀਂ ਬਾਬਾ ਸਾਹਿਬ ਸਾਡੇ ਦਿਲ ਦੇ ਵਿੱਚ ਆ ਸਾਨੂੰ ਉਹਨਾਂ ਦੀ ਸੋਚ ਲੈ ਕੇ ਚਲਾਣਾ ਚਾਹੀਦਾ ਅਸੀਂ ਉਹਨਾਂ ਦੀ ਸੋਚ ਤੇ ਚੱਲਣਾ ਆ ਕਿ ਉਹਨਾਂ ਦਾ ਜੋ ਮੈਸੇਜ ਆ ਸਾਨੂੰ ਉਸ ਮੈਸੇਜ ਨੂੰ ਲੈ ਕੇ ਉਹ ਸਾਡੇ ਰੈਬਰ ਦੀ ਮੈਸੇਜ ਨੂੰ ਲੈ ਕੇ ਸਾਨੂੰ ਅੱਗੇ ਵਧਦੇ ਰਹਿਣਾ ਆ ਆਪਾਂ ਬੈਠਣਾ ਨਹੀਂ ਅੰਦਰ ਬੈਠ ਕੇ ਵੀ ਅਸੀਂ ਬਹੁਤ ਖੁਸ਼ੀ ਮਨਾ ਸਕਦੇ ਆ ਅੰਦਰ ਬੈਠ ਕੇ ਵੀ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਕੰਮ ਕਰ ਸਕਦੇ ਆ ਅਸੀਂ ਉਹਨਾਂ ਦੀ ਸੋਚ ਨੂੰ ਅਪਣਾਉਣਾ ਹੈ ਨਾ ਕਿ ਅਸੀਂ ਮੱਥਾ ਟੇਕਣ ਜੋਗੇ ਨਹੀਂ ਰਹਿਣਾ ਹੈਗਾ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਸੋਚ ਨੂੰ ਅਪਣਾਉਣਾ ਪੈਰਾ ਦੇਣ ਦੀ ਵਿਚ ਅਸੀਂ ਅਪਨਾ ਕੇ ਉਹਨਾਂ ਦੇ ਅਧੂਰੇ ਉਹਨਾਂ ਨੇ ਸਾਡੇ ਲਈ ਕੋਈ ਕੰਮ ਅਧੂਰਾ ਨਹੀਂ ਸੀ ਛੱਡਿਆ ਪਰ ਜਿਹੜੇ ਅਸੀਂ ਅਧੂਰੇ ਛੱਡ ਦਿੱਤੇ ਆ ਸਾਨੂੰ ਅੱਗੇ ਵਧਣਾ ਚਾਹੀਦਾ ਸਾਨੂੰ ਆਪਣਾ ਰਾਜਪਾਗ ਲੈ ਹੋਣਾ ਚਾਹੀਦਾ ਬਾਬਾ ਸਾਹਿਬ ਨੇ ਬਹੁਤ ਤੰਗੀਆਂ ਕੱਟ ਕੇ ਸਾਨੂੰ ਆਜ਼ਾਦੀ ਦਵਾਈ ਸਾਨੂੰ ਆਜ਼ਾਦ ਕੀਤਾ ਔਰ ਸਾਡੇ ਭਾਰਤ ਦੀ ਨਾਰੀ ਨੂੰ ਆਜ਼ਾਦ ਕੀਤਾ ਔਰ ਮੈਂ ਕਈ ਵਾਰੀ ਡਿਸਪਾਇੰਟਡ ਵੀ ਇਥੇ ਆ ਕੇ ਹੋਈਦਾ ਕਿ ਸਾਡੀ ਭਾਰਤ ਦੀ ਨਾਰੀ ਦੇ ਮੂਰੇ ਅਸੀਂ ਹਮੇਸ਼ਾ ਬੇਨਤੀ ਕਰੀਦੀ ਆ ਕਿ ਸੰਤ ਭਾਰਤ ਦੀ ਨਾਰੀ ਨੂੰ ਇੱਕਦਮ ਆ ਕੇ ਬਾਹਰ ਬਾਬਾ ਸਾਹਿਬ ਦੇ ਸੋਚ ਤੇ ਚੱਲ ਕੇ ਉਹਨਾਂ ਨੂੰ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਬਹੁਤ ਸਾਡੀਆਂ ਭੈਣਾਂ ਲੱਗੀਆਂ ਹੋਈਆਂ ਪਰ ਮੈਂ ਇੱਕ ਹੋਰ ਬੇਨਤੀ ਕਰਦੀਆਂ ਸਾਡੀਆਂ ਭੈਣਾਂ ਅੱਗੇ ਕਿ ਜੇ ਆਪਾਂ ਆਪਣਾ ਰਾਜ ਭਾਗ ਲੈ ਕੇ ਆਣਾ ਹੈ ਤਾਂ ਸਾਡੀਆਂ ਭੈਣਾਂ ਨੂੰ ਅੱਗੇ ਹੋ ਕੇ ਜ਼ਿੰਮੇਵਾਰੀ ਲੈਣੀ ਪੈਣੀ ਆ ਜਿੰਨਾ ਚਿਰ ਆਪਾਂ ਜ਼ਿੰਮੇਵਾਰੀ ਸਾਰੇ ਰਲ ਕੇ ਨਹੀਂ ਰਹਿੰਦੇ ਵੀਰ ਵੀ ਸਾਡੇ ਭੈਣਾਂ ਵੀ ਪਰ ਭੈਣਾ ਸਾਡੀਆਂ ਨੂੰ ਅੱਗੇ ਆਣਾ ਹੈਗਾ ਹੈ ਭੈਣਾ ਦੇ ਵਿੱਚ ਬਹੁਤ ਸਹਿਨਸ਼ੀਲਤਾ ਹੁੰਦੀ ਹੈ ਬਹੁਤ ਸ਼ਕਤੀ ਹੁੰਦੀ ਹੈ ਜਿਹੜਾ ਵੀ ਕੰਮ ਆਪਣਾ ਕਰਨ ਲਈ ਸੋਚਦੇ ਆਪਾਂ ਕਰ ਸਕਦੇ ਆ ਕਿਉਂਕਿ ਅਸੀਂ ਦੇਖੋ ਉਹਨਾਂ ਦੇ ਬਾਬਾ ਸਾਹਿਬ ਦੇ ਬੱਚੇ ਆ ਸਾਨੂੰ ਹਿੰਮਤ ਦਿੱਤੀ ਉਹਨਾਂ ਨੇ ਅਸੀਂ ਕਿਉਂ ਨਹੀਂ ਕੁਝ ਕਰ ਸਕਦੇ ਬਸ ਮੇਰਾ ਤੇ ਇਹੀ ਮੈਸੇਜ ਆ ਕਿ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਔਰ ਸਭ ਤੋਂ ਵੱਡਾ ਮੈਸੇਜ ਆ ਕਿ ਅਸੀਂ ਜਿਹੜੇ ਸਾਡੇ ਕੰਮ ਅਧੂਰੇ ਰਹਿ ਗਏ ਆ ਜਿਹੜਾ ਅਸੀਂ ਜਿਹੜੇ ਕੰਮਾਂ ਨੂੰ ਛੱਡ ਦਿੱਤਾ ਬਾਬਾ ਸਾਹਿਬ ਜੀ ਕਰਕੇ ਗਏ ਸੀ ਅਸੀਂ ਉਹਨਾਂ ਦੀ ਮਿਹਨਤ ਦੇ ਉੱਤੇ ਪਾਣੀ ਨਾ ਫੇਰੀਏ ਔਰ ਅਸੀਂ ਆਪਣਾ ਕਾਰਵਾ ਅੱਗੇ ਲੈ ਕੇ ਜਾਈਏ ਆਪਾਂ ਚੱਲਦੇ ਰਹੀਏ ਚੱਲਦੇ ਰਹੀਏ ਚਾਹੇ ਸਾਨੂੰ ਕੋਈ ਪ੍ਰੋਗਰਾਮ ਨਹੀਂ ਵੀ ਕਰਨ ਦੇ ਪਰ ਅਸੀਂ ਅੰਦਰ ਬੈਠ ਕੇ ਵੀ ਬਹੁਤ ਕੰਮ ਕਰ ਸਕਦੇ ਆ ਆਪਣੇ ਘਰਾਂ ਦੇ ਵਿੱਚ ਦੀਪ ਜਲਾਓ ਆਪਣੇ ਦੀਪਕ ਆਪ ਬਣਾਓ ਬਾਬਾ ਸਾਹਿਬ ਦੇ ਉਹ ਮੈਸੇਜ ਨੂੰ ਯਾਦ ਰੱਖੋ ਔਰ ਆਪਣਾ ਇਕਾ ਕਰੀਏ ਸਭ ਤੋਂ ਵੱਡੀ ਗੱਲ ਹੈ ਸਾਡੇ ਵਿੱਚ ਹਾਲੇ ਇਕਾ ਨਹੀਂ ਹੋ ਰਿਹਾ ਸਾਨੂੰ ਇਕੇ ਦੀ ਜ਼ਰੂਰਤ ਹੈ ਜਿਸ ਦਿਨ ਸਾਡਾ ਇਕਾ ਹੋ ਗਿਆ ਸਾਡੀ ਸਾਡਾ ਸਾਰਾ ਕੁਝ ਹੋਏਗਾ ਸਾਡੀ ਵੋਟ ਵੀ ਹੋਏਗੀ ਸਿਰਫ ਸਾਨੂੰ ਇਕਾ ਹੀ ਕਰਨੇ ਦੀ ਲੋੜ ਹੈ ਹੋਰ ਸਾਨੂੰ ਕੋਈ ਜ਼ਰੂਰਤ ਨਹੀਂ ਆ ਸੋ ਇਹ ਸਾਡੀ ਹੱਥ ਜੁੜ ਕੇ ਹਰ ਇੱਕ ਨੂੰ ਰਿਕਵੈਸਟ ਆ ਕਿ ਵੱਧ ਤੋਂ ਵੱਧ ਦੇਖੋ ਭੈਣ ਭਰਾ ਹਰ ਇੱਕ ਘਰ ਦੇ ਵਿੱਚ ਗੁੱਸਾ ਵੀ ਹੁੰਦਾ ਹੈ ਸਾਰਾ ਕੁਝ ਪਰ ਸਾਨੂੰ ਸਮੇਂ ਦੇ ਸਮੇਂ ਇਕੱਠੇ ਹੋ ਕੇ ਆਪਣੇ ਸਾਰੇ ਕਾਰਜ ਇੱਕ ਇੱਕ ਮਿਲ ਠੋਕੇ ਕਰਨੇ ਚਾਹੀਦੇ ਆ ਜੇ ਇਕੱਲੇ ਇਕੱਲੇ ਤੁਰਾਂਗੇ ਤਾਂ ਅਸੀਂ ਅੱਗੇ ਵੀ ਬਰਬਾਦ ਹੋਏ ਆਂ ਤੇ ਗਾਂ ਵੀ ਹੋਵਾਂਗੇ ਅਸੀਂ ਪੈਰਾ ਦੇਣਾ ਆ ਔਰ ਅ ਸੱਚੇ ਬੱਚੇ ਪੁੱਤਰ ਬਣਨਾ ਹੈ ਬਾਬਾ ਸਾਹਿਬ ਦੇ ਤਾਂ ਉਹਨਾਂ ਦੇ ਜਿਹੜੇ ਇੱਕ ਕੰਮ ਸਾਨੂੰ ਉਹ ਕਰਕੇ ਗਏ ਉਹਨਾਂ ਦੀ ਮਿਹਨਤ ਕੀਤੀ ਕਰਾਈ ਨੂੰ ਅਸੀਂ ਪਾਣੀ ਨਾ ਫੇਰੀਏ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਈਏ ਉਹਨਾਂ ਦੇ ਕਾਰਵਾਨ ਨੂੰ ਅਸੀਂ ਪਿੱਛੇ ਨਾਲ ਇੱਕ ਬਾਬਾ ਸਾਹਿਬ ਜੀ ਦਾ ਵੀ ਇਹੀ ਮੈਸੇਜ ਸੀ ਕਿ ਮੇਰਾ ਕਾਰਵਾਨ ਪਿੱਛੇ ਨਾਲ ਲੈ ਕੇ ਜਾਇਓ ਅਸੀਂ ਪਿੱਛੇ ਲੈ ਕੇ ਜਾ ਰਹੇ ਆ ਪਰ ਅਸੀਂ ਕੋਸ਼ਿਸ਼ ਕਰੀਏ ਕਿ ਬਾਬਾ ਸਾਹਿਬ ਦਾ ਕਾਰਵਾਨ ਅੱਗੇ ਲੈ ਕੇ ਜਾਈਏ ਆਪਣਾ ਰਾਜ ਭਾਗ ਵੀ ਲਿਆਈਏ ਆ ਆਪਾਂ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਹੈਗਾ ਇਹ ਹੀ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕ ਤੇ ਬਾਬਾ ਸਾਹਿਬ ਜੀ ਨੂੰ ਕੋਟੀ ਕੋਟੀ ਪ੍ਰਣਾਮ ਥੈਂਕ ਯੂ ਸੋ थैंक यू ਫਲਜਿੰਦਰ ਜੀ ਫੈਨ ਅੰਬੇਦਕਰ ਟੀਵੀ ਦੇ ਬਹੁਤ ਬਹੁਤ ਧੰਨਵਾਦ ਕਿ ਆਪਣਾ ਟਾਈਮ ਕੱਢ ਕੇ ਆਏ ਮੇਰੇ ਕੋਲ ਐਂਡ ਆਪਾਂ ਵਧਾਈ ਬਾਬਾ ਸਾਹਿਬ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਔਰ ਅਸੀਂ ਇਹਨਾਂ ਨੂੰ ਵੀ ਰਿਕੁਐਸਟ ਕਰਦੇ ਆ ਕਿ ਬਾਬਾ ਸਾਹਿਬ ਦੇ ਪੈਰੋਕਾਰ ਬਣੋ ਇਹ ਵਧੀਆ ਕੰਮ ਕਰਦੇ ਆ ਤਾਂ ਵਧੀਆ ਹੀ ਕਰਦੇ ਰਹੋ ਇਹੀ ਸਾਡੇ ਅਮ ਇੱਛਾ ਹੈਗੀ ਆ ਕਿ ਜਿਹੜਾ ਵੀ ਬਾਬਾ ਸਾਹਿਬ ਦੇ ਨਾਂ ਤੇ ਜੇ ਕੋਈ ਕੰਮ ਕਰਦੇ ਆ ਤਾਂ ਆਪਾਂ ਉਹਨਾਂ ਦੀ ਲਾਈਨ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਆ ਚਲੋ ਥੋੜਾ ਨਹੀਂ ਬਹੁਤਾ ਬਹੁਤਾ ਨਹੀਂ ਥੋੜਾ ਤਾਂ ਕਰ ਸਕਦੇ ਆ ਆਪਾਂ ਤੋਂ ਇਸ ਕਰਕੇ ਧੰਨਵਾਦ ਤੁਹਾਡਾ ਵੀ ਫਲਜਿੰਦਰ ਤੁਸੀਂ ਟਾਈਮ ਕੱਢ ਕੇ ਆਏ ਔਰ ਸਾਡੇ ਨਾਲ ਖੜੇ ਹੋਏ ਆ ਬਹੁਤ ਬਹੁਤ ਥੈਂਕ ਯੂ ਜੈ ਭੀਮ ਜੈ ਭਾਰਤ